हाँ जी सत श्री अकाल दोस्तों, अज आपां खड़े हांगे लहरा बेगा दी बकरियां दी मंडी दे विच। हर सोमवार नूं इह मंडी लगदी है जिला बठिंडे दे विच, बिल्कुल रोड दे उपर, बठिंडा बरनाला रोड दे उपर। हरेक सोमवार नूं नोट कर लो। गल्लबात करिए, बहुत सोहना सुनखा माल आ जिहड़ा इत्थे आउंदा है। वपारी वीर लैके आउंदे ने माल वेचण दे लई, खरीदण वाले वीर भी पहुँचते रहिंदे ने, तुसीं भी पहुँच सकदे हो। बाकी मंडी दे प्रबंध ने जिहड़े बहुत सुचज्जे तरह ने, वधिया ने। चाह पानी दा, लंगर दा पूरा प्रबंध है, पानी दा प्रबंध हैगा, जानवरां दे लई पानी दा प्रबंध है, किसी प्रकार की दिक्कत नहीं हैगी। बाकी वपारी वीरां दे नाल भी आपां गल्लबात कर लैने, मंडी दे बारे पुछ लैने इन्हां तों, ते जानवर भी दिखाउणगे तुहानूं। दर्शन बाबा जी खड़े ने अपने नाल, इन्हां दे नाल गल्लबात करदे आं। टॉप क्वालिटी दीआं तुहानूं पट्ठां जिहड़ियां उह आपां दिखाउण लगे आं। वीर कहिंदे हुंदे ने कि टॉप क्वालिटी दीआं पट्ठां दिखाओ। लो पट्ठां भी दिखावांगे, गल्लबात कर देंगे बाबा जी दे नाल। सत श्री अकाल बाबा जी। सत श्री अकाल। हो ठीक ठाक हो? ठीक ठाक, वधिया। ठीक है, पहले तो तुसीं अज अपनी लहरा बेगा दी बकरियां दी मंडी दे प्रबंधां बारे दसो। ठीक है भाई, वधिया प्रबंध है, रोटी पानी दा किन्ना कि वधिया? पूरा ही वधिया, चंगा। कहिंदे सारियां मंडियां चों पहले नंबर ते, कोई दिक्कत नहीं गी? कोई होरा दिक्कत नहीं कोई। ठीक है जी, लो जी हुण आपां तुहानूं दिखाउणगे जानवर। जानवर दिखाओ बाबा जी, ਪਹਿਲਾਂ ਤਾਂ ਪੱਠਾ ਦਿਖਾਓ ਵੀ, ਜਿਹੜੀਆਂ ਆਪਣੇ ਮੂਹਰੇ ਖੜੀਆਂ ਨੇ ਕਾਲੀਆਂ। ਤਿੰਨ ਦਾ ਪੱਠਾ ਹੈ ਆ, ਦੇਖ ਤੇ ਲੋ ਤਿੰਨੇ ਪੱਠਾ, ਚਾਰ ਚਾਰ ਪੰਜ ਪੰਜ ਮਹੀਨਿਆਂ ਦੀਆਂ। ਖੀਰੀਆਂ ਪੱਠਾ ਦੇ ਪੰਜ ਤੇ ਮਾਰ ਬਈ ਕੈਮਰਾ। ਆ ਦੇਖ ਆ ਚੀਜ਼ ਦਿਖਾ, ਕਹਿ ਕਹਿ ਮਹੀਨੇ ਦੀਆਂ ਹੋਣਗੀਆਂ ਜੀ ਇਹ? ਹੋਣਗੀਆਂ ਚਾਰ ਚਾਰ ਪੰਜ ਪੰਜ ਮਹੀਨੇ ਦੀਆਂ, ਚਾਰ ਪੰਜ ਪੰਜ ਮਹੀਨੇ ਦੀਆਂ। ਦਰਸ਼ਨ ਬਾਬਾ ਜੀ ਗੱਲ ਕਰੀਏ ਵੀ, ਸੋਹਣੀਆਂ ਸੁਣਖੀਆਂ ਬੱਕਰੀਆਂ ਲੱਭ ਕੇ ਹੀ ਲਿਆਉਂਦੇ ਨੇ, ਮਾੜੀ ਬੱਕਰੀ ਤਾਂ ਨਹੀਂ ਸੈਰ ਲੈਂਦੇ ਹੈਗੇ? ਨਰਮ ਪਸ਼ੂ ਨਹੀਂ ਆਪਾਂ, ਨਰਮ ਪਸ਼ੂ ਲੈਂਦੇ ਨੇਗੇ, ਪੂਰੀਆਂ ਸੋਹਣੀਆਂ। ਇਹ ਦੇਖ ਲਓ, ਇੱਕੋ ਤਰ੍ਹਾਂ ਦੀਆਂ ਬੱਕਰੀਆਂ ਪੱਠਾਂ ਨੇਗੀਆਂ, ਚਾਰ ਪੱਠਾਂ ਨੇ ਤਕਰੀਬਨ ਇਹਦੇ ਵਿੱਚ, ਪੰਜ ਹੋ ਗਈਆਂ, ਇੱਕ ਆ ਗਈ, ਆ ਗਈ, ਚਾਰ ਹੋਰ ਆ ਗਈ। ਇਹਦੇ ਨਾਲ ਇਹ ਬੱਕਰੀ ਹੈ ਜਿਹੜੀ ਸੂਈ ਹੋਈ ਹੈ, ਆ ਬੱਕਰੀ ਨਾਲ ਦੋ ਪੱਠਾਂ ਨੇ, ਬੱਕਰੀ ਹੈ ਇਹ। ਬੱਕਰੀ ਕਿਹ ਦੰਦ ਹੋ ਗਈ? ਚਾਰ ਦੰਦ ਹੈ ਇਹ ਬੱਕਰੀ, ਚਾਰ ਦੰਦ, ਇਹ ਪੱਠ ਹੈਗੀ, ਠੀਕ ਹੈ। ਇੱਕ ਆ ਮੱਖੀ ਚੀਨੀ ਹੈ, ਆ ਮੱਖੀ ਚੀਨੀ ਹੈ। ਪੱਠਾਂ ਦੀ ਕੁਆਲਿਟੀ ਕੀ ਕਹਿੰਦੇ ਤੁਸੀਂ? ਕੁਆਲਿਟੀ ਬਾਰੇ, ਪੱਠਾ ਤਾਂ ਸਿਰਾ ਹੀ ਆ ਜੀ ਬਸ, ਇੱਦੋਂ ਤਾਂ ਸਿਰਾ ਰੱਬ ਦਾ ਨਾਮ ਹੀ ਹੈ। ਠੀਕ ਹੈ, ਮੁੱਲ ਕੀ ਵਾੜੀ ਹੈਗੀ ਇਹਨਾਂ ਦਾ? ਪੱਚੀ ਹਜ਼ਾਰ ਆ ਜੀ ਇਹਨਾਂ ਦਾ। ਠੀਕ ਹੈ ਜੀ, ਆਹ ਬੱਕਰੀ ਤੇ ਦੋਨੇ ਬੱਚੇ ਲਏ ਆਪਾਂ 45,000 ਦੇ ਹੁਣੀ ਲਏ। ਠੀਕ ਹੈ ਜੀ, ਲਓ ਵੀ ਇਹਦਾ ਸੌਦਾ ਜਿਹੜਾ ਆਪਣੇ ਸਾਹਮਣੇ ਹੋਇਆ ਸੀ ਇੱਥੇ 45,000 ਦੇ ਵਿੱਚ ਹੋਇਆ ਗਾ। ਆਹ ਦੇਖ ਲਓ ਵੀ ਜਾਨਵਰ ਨੇ ਜਿਹੜੇ ਬਹੁਤ ਸੋਹਣੇ ਨੇ। ਕਿੰਨਾ ਕੁ ਟਾਈਮ ਹੋ ਗਿਆ ਵੈਸੇ ਸੂਈ ਨੂੰ ਇਹਨੂੰ ਜੀ? ਇਹ ਹੋਣਗੀਆਂ ਮੇਰੇ ਹਿਸਾਬ ਨਾਲ 3 ਕੁ ਮਹੀਨੇ ਦੀ ਹੈ ਨਾ? ਹਾਂ, ਤਿੰਨ ਸਾਢੇ ਤਿੰਨ ਮਹੀਨੇ ਸਾਢੇ ਤਿੰਨ ਮਹੀਨੇ ਇਹਦਾ ਵੀ ਦਿਖਾ। ਇਹ ਚੁੰਘਦੇ ਆ ਬੱਚੇ ਦੋਨੇ ਵੀ। ਠੀਕ ਹੈ, ਬਹੁਤ ਬੜੀਆਂ ਬੱਕਰੀਆਂ। ਕੱਦ ਹੋਰ ਕਰ ਜੂਗੀ ਬੱਕਰੀ ਤਾਂ? ਹਾਂ ਹਾਂ ਹਾਂ, ਇਹ ਤਾਂ 8 ਦਿਨ ਤੱਕ ਕਰੀ ਜਾਣਾ, ਕਰੀ ਜਾਣਾ। ਲੈ ਦੇਖੀ, ਚਲੋ ਮਾਰੀ, ਚਲੋ ਕੈਮਰਾ ਵੀ ਆਲੇ ਦੁਆਲੇ ਦਿਖਾ ਦੇ ਮਨਿੰਦਰ, ਉੱਧਰੋਂ ਘੁੰਮ ਕੇ ਬਾਈ ਸਾਰੇ ਜਾਨਵਰਾਂ 'ਤੇ ਦਿਖਾ ਦੇ ਕੈਮਰਾ ਮਾਰ ਕੇ। ਉਹਨਾਂ ਦਾ 25,000 ਕਰ ਦਿਓ, ਦੇਣੀਆਂ ਕਿੱਥੇ ਤੱਕ ਨੇ ਵੈਸੇ? ਇਹ 20 ਤੋਂ ਤਾਂ ਛੱਡਾਂਗੇ ਥੱਲੇ ਨੇ। 20 ਤੋਂ ਤਾਂ? ਹਾਂ, ਨੀਚੇ ਜਮੇ ਨਹੀਂ, ਨਾ ਗੁੰਜਾਇਸ਼ ਨਹੀਂ ਗੀ ਨੀਚੇ ਨਹੀਂ। ਠੀਕ ਹੈ, ਲੈ ਵੀ ਚੀਜ਼ਾਂ ਦਾ ਮੁੱਲ, ਜਿਹੜੇ ਵੀਰ ਕਹਿੰਦੇ ਹੁੰਦੇ ਨੇ ਵੀ ਸ਼ੌਂਕੀਆਂ ਚੀਜ਼ਾਂ ਚਾਹੀਦੇ ਨੇ, ਠਰਕੀ ਬੰਦੇ ਕਹਿੰਦੇ ਨੇ ਆਪਾਂ ਵੀ, ਜਿਨ੍ਹਾਂ ਨੇ ਮੰਡੀ 'ਤੇ ਵੀ ਅੱਜ ਆਪਾਂ ਲਿਆਂਦੀਆਂ ਰਾਹ 'ਚੋਂ ਤਾਂ ਲਿਆਂਦੀਆਂ, ਅਗਲੀ ਮੰਡੀ ਦੇਣੀ ਹੁੰਦੀ, ਘਰੇ ਵਿਕਦੀਆਂ ਵੇਚਾਂਗੇ ਨਹੀਂ ਪਾਲਾਂਗੇ। ਠੀਕ ਹੈ, ਲਓ ਦੇਖ ਲਓ, ਅਤੇ ਆਹ ਬੱਕਰੀ ਦੇ ਨਾਲ ਆਹ ਦੋ ਮੇਮਣੇ, ਆਹ ਇੱਧਰ ਕੱਢੋ ਜੀ, ਦੇਖ ਲਓ ਦੋਵੇਂ ਪੱਠਾਂ ਨੇ ਨਾ, ਮੇਵਣਾ ਤਾਂ ਨਹੀਂ ਕਹਿੰਦੇ? ਪੱਠਾ ਪੱਠਾ ਦੋਵੇਂ ਪੱਠਾਂ ਨੇਗੀਆਂ, 3-3 ਮਹੀਨੇ ਮੰਨ ਕੇ 3 ਕੁ ਮਹੀਨੇ ਲਾ ਲਓ ਸੂਈ ਹੋਈ ਨੂੰਗੇ। ਆਹ ਬੱਕਰੀ ਦੇ ਨੇਗੇ ਮੱਖੀ ਚੀਨੀ, ਇੱਕ ਪੱਠ ਮੱਖੀ ਚੀਨੀ ਹੈਗੀ, ਇੱਕ ਜਮ੍ਹਾਂ ਬਲੈਕ ਆ ਗਈ, ਇਸੇ ਦੀਆਂ ਨੇਗੀਆਂ। ਵੀ ਕੁਆਲਿਟੀ ਪੱਖੋਂ ਤਾਂ ਕੋਈ ਘਾਟ ਨਹੀਂ ਹੈਗੀ ਯਾਰ, ਕਹਿਣ ਦੀ ਲੋੜ ਹੀ ਨਹੀਂ ਹੈਗੀ ਵੀ ਤੁਸੀਂ ਕੁਆਲਿਟੀ ਦੇ ਵਿੱਚ ਕੋਈ ਆਪਾਂ ਸਮਝੌਤਾ ਨਹੀਂ ਕਰ ਸਕਦੇ ਹੈਗੇ। ਇਸ ਤੋਂ ਘੱਟ ਮੁੱਲ ਵਾਲੀਆਂ ਹੈਗੀਆਂ, ਜਿਵੇਂ ਉਹ ਬੱਕਰੀ ਬੈਠੀ, ਉਹ 1,000 ਰੁਪਈਆਂ ਵਾਲੀ ਹੈ ਜੀ? ਆ ਸ਼ੇਰੀ ਜੀ, ਉਹਦਾ 20,000 ਰੁਪਇਆ ਮੰਗਦੇ? 20,000 ਸੂਈ ਹੈ ਜਾਂ ਪਹਿਲਾਂ ਹੀ ਸੂਈ ਦੀ ਕੱਢਣਾ? ਪਹਿਲਾਂ ਹੀ ਸੂਈ। ਠੀਕ ਹੈ, ਕੁੱਲ ਕਿੰਨੇ ਕੁ ਜਾਨਵਰ ਰੱਖਦੇ ਹਾਂ ਜੀ ਆਪਾਂ? 10 ਕੁ ਜਾਨਵਰ ਰੱਖਦੇ ਹਾਂ। ਠੀਕ ਹੈ, ਘਰੇ 8-10, ਬਾਕੀ ਆ ਮੰਡੀ ਵਾਲੇ ਆਵਾਜਾਈ ਵਾਲੇ ਆਉਂਦੇ, 5-7 15 ਕੁ ਜਾਨਵਰ ਇਕੱਠੇ ਹੋ। ਮੰਡੀਆਂ ਦੀ ਆਵਾਜਾਈ ਵਾਲੇ ਤੋਂ ਬਿਨਾਂ ਪੱਕੇ ਹੈਗੇ ਨੇ? ਹਾਂ ਹੈਗੇ, 8-10 ਜਾਨਵਰ ਘਰੇ। ਠੀਕ ਠੀਕ ਹੈ, ਕਿੰਨੇ ਕੁ ਸ਼ੌਂਕ ਨਾਲ ਫਿਰ ਇਹਨਾਂ ਰੱਖਣਾ? ਸ਼ੌਂਕ ਤਾਂ ਪੂਰਾ ਹੀ ਹੈ ਜੀ, ਸ਼ੌਂਕ ਤਾਂ ਇਹਨਾਂ ਜਿੰਨੇ ਮਰਜ਼ੀ ਤਾਂ ਦਾਣੇ ਖਾਣ, ਕੋਈ ਖੋਲ੍ਹਣ ਨਹੀਂ, ਤੜਕੇ ਤਾਂ ਨਹੀਂ ਪਏ ਕਦੇ? ਨਾ ਨਾ, ਖੁੱਲ੍ਹੇ ਹੀ ਚੱਲਦਾ ਕੰਮ। ਠੀਕ ਹੈ, ਘਰ ਵਾਲੀਆਂ ਤਾਂ ਦਾਣੇ ਖੁੱਲ੍ਹਾ ਜਿੰਨੇ ਮਰਜ਼ੀ ਖਾਣ, ਜੇ ਆਪਾਂ ਛੱਡਣੀਆਂ ਤਾਂ ਆਥਣੇ 4 ਵਜੇ 2 ਘੰਟੇ ਜਿਹੜਾ ਦੇਖ ਦਿੰਦੇ ਨੇ, ਘਰੇ ਹੁੰਦੇ, ਘਰੇ ਹੁੰਦੇ। ਠੀਕ ਹੈ, ਆ ਜਾਓ ਬਾਈ, ਹੋਰ ਦਿਖਾ ਦਿੰਦੇ ਤੁਹਾਨੂੰ। ਉਹ ਜਿਹੜੀ ਮੱਖੀ ਚੀਨੀ ਸੂਈ ਹੋਈ, ਉਹ ਵੀ ਉਹ ਤਾਂ ਮਗਰ ਉਹ ਬੱਚਾ ਜੀ। ਠੀਕ ਹੈ, ਉਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਉਹ ਵੀ ਹੈਗੀ ਹੈ 4-4 ਕੁ ਮਹੀਨੇ ਦੀ। ਉਹਦਾ ਮੁੱਲ? ਉਹਦਾ ਮੁੱਲ ਹੈ 32,000 ਰੁਪਈਆ। 32,000 ਰੁਪਈਆ, ਚੱਕੋ ਬਾਈ, ਇਹਦਾ ਮੁੱਲ 32,000 ਰੁਪਈਆ। ਪੱਠਾ ਕੋ ਬੱਕਰਾ ਨਾਲ? ਪੱਠਾ ਜੀ, ਪੱਠਾ। ਲੈ, ਦੰਦ ਕਿੰਨੇ ਨੇ ਇਹਦੇ? ਉਹ ਵੀ ਚੁੰਘਦੀ ਹੈ,
भी दिखा दे फिर तो होर बकरियां दिखाने इधरों दिखा दे जिहड़ी चीज़ विकदी आ दिखदी आ उही विकदी आ कन्न लंबे भाल दिंदे ने कोई शिंग थले होण नक्क होवे आ लो सारा कुछ ही है नक्क भी तोते वर्गा कन्न भी बड़े बड़े ने गे बोतियां वर्गे कन्न ने जिहड़े 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 बोते होंदे ने उड़ी उड़ियां बकरियां उड़े उड़े कन्न बाकी कुल मिला के सारे जानवर सोहणे ने ओह जिहड़ा ओह बैठा जी शेरा जां निक्का जिहा बच्चा ओह भाई दा ज्ञानी दा अच्छा ओह पट्ठा जां बकरा शायद पट्ठा मेरे ख्याल ओहदा की मुल्ला लैंबर हसैनपुरी खड़ा गा यार लैंबर तू आप भी खा लिया कर बकरियां खो जाने निके निके बकरियां तू के ले जाने खाई पी दा खाई पी दा ठीक है क्या क्या दंद नहीं है ये चार चार दंद है ले चाचे दे लाउंदे कैमरा चाचा दस सुई नु कट पता मुंडे नु चाचा गाड़ी है बंदा हां चाचा दस हां चार चार दंद है जी बस कद किन्ना होगा हां कद इन दा हैगा 36 37 हां इधर रखा कबणा हैगी ने ये नहीं जी हले लबाईयां हां अच्छा जमा हां जमा फंड ਕੱਦ ਕਿੰਨਾ ਕਰ ਜਾਣਗੀਆਂ ਹੋਰ ਇਹ ਕੱਦ ਕਰ ਜਾਣਗੀਆਂ ਇਹ 39 39 ਕਰ ਜਾਣਗੀਆਂ ਸੂਏ ਇਦੋ ਇਦੋ ਪਹਿਲਾਂ ਕਹਿ ਦਿੱਤੇ ਇਹਨਾਂ ਨੇ ਨਾ ਇਹ ਫੰਡਰਾਂ ਨੇ ਫੰਡਰਾਂ ਪਹਿਲਾਂ ਇੱਕ ਸੂਆ ਵੀ ਨਹੀਂ ਸੂਆ ਬਲੂਣ ਆਉਣਗੀਆਂ ਹਾਂ ਬਲੂਣ ਲੈ ਆ ਦੇਖ ਲਓ ਯਾਰ ਅੱਜ ਇਹਨਾਂ ਬਾਈਆਂ ਕੋਲੇ ਕਿੰਨਾ ਵੀ ਪੂਰੀਆਂ ਸੋਹਣੀਆਂ ਬੱਕਰੀਆਂ ਸੀ ਸਾਰੀ ਮੰਡੀ ਦੇ ਵਿੱਚੋਂ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਈਨੇ ਜੇ ਇੱਕ ਪਹਿਲੇ ਨੰਬਰ ਤੇ ਉਹ ਲਾ ਲਓ ਦੂਜੇ ਨੰਬਰ ਤੇ ਇਹ ਲਾ ਲਓ ਭਾਈ ਇਹਨਾਂ ਕੋਲੇ ਅੱਜ ਇੱਕ ਬੱਕਰੀ ਆਪਾਂ ਮੱਖੀ ਚੀਨੀ ਵੇਚੀ ਦੋ ਮਗਰ ਪੱਠਾ ਸੀਗਾ ਉਹ ਆਪਾਂ ਨੇ ਦਿਖਾਤੀ ਜੀ ਹਾਂਜੀ ਉਹ ਆਪਾਂ ਤੁਹਾਨੂੰ ਦਿਖਾਤੀ ਇਹਨਾਂ ਤੋਂ ਹੀ ਲਈ ਸੀਗੀ ਹਾਂਜੀ ਤੇ ਆ ਲਓ ਆ ਦੇਖ ਲਓ ਆ ਦਿਖਾਈ ਚਾਚਾ ਅੱਗੇ ਕਰਕੇ ਲਓ ਜੀ ਦੰਦ ਤਾਂ ਪੱਕਾ ਜਾ ਰਹੇ ਨੇ ਹਾਂਜੀ ਲਓ ਜੀ ਲਓ ਇਹ ਭੈਣਾ ਭੈਣਾ ਨੇ ਕਿਵੇਂ ਨੇ ਭੈਣਾ ਭੈਣੇ ਆ ਦੇਖੀ ਦੰਦ ਦਾ ਚਾਰ ਹੀ ਨੇ ਹਾਂਜੀ ਚਾਰ ਦੰਦ ਇੱਕੋ ਉਮਰ ਦੀਆਂ ਨੇ ਹਾਂਜੀ ਇੱਕੋ ਉਮਰ ਆ ਅੱਗੇ ਗੱਡੀ ਚਾਚਾ ਇੱਕੋ ਦਿਨ ਹੀ ਜਨਮ ਲਿਆ ਇੱਥਾ ਹਾਂ ਠੀਕ ਹੈ ਇਹ ਸ਼ੱਕੀਆਂ ਭੈਣਾ ਸ਼ੱਕੀਆਂ ਭੈਣਾ ਨੇ ਹਾਂਜੀ ਹਾਂ ਰਹੀ ਕਹਿ ਦੂੰ ਹਾਂਜੀ ਹਾਂ ਠੀਕ ਆ ਹਾਂਜੀ ਇਹ ਅੱਜ ਮੱਕੀ ਚੀਨੀਆਂ ਕਿੱਥੋਂ ਫੜ ਕੇ ਲੈਂਦੀਆਂ ਨੇ ਬਸ ਐਂ ਆਪਾਂ ਸ਼ੌਂਕੀ ਬੰਦੇ ਆ ਜੀ ਅੱਛਾ ਹਾਂ ਜਦੋਂ ਆਪਾਂ ਕੋਈ ਸੌਦਾ ਲੈਣਾ ਹੋਵੇ ਆਪਾਂ ਪੈਸਿਆਂ ਕਮਾ ਕਰਕੇ ਨਹੀਂ ਦੇਖਿਆ ਠੀਕ ਹੈ ਹਾਂ ਫਿਰ ਆਪਾਂ ਸੌਦਾ ਲੈਣਾ ਹੀ ਹੁੰਦਾ ਆਪਾਂ ਜਾਨਵਰ ਕੁਆਲਿਟੀ ਲਿਆਉਣੇ ਨੇ ਵਧੀਆ ਮੁੱਲਵਾੜੀ ਕੀ ਹੈ ਫਿਰ ਅੱਜ ਇਹਨਾਂ ਇਹਨਾਂ ਦਾ 60,000 ਰੁਪਏ ਹੈ ਜੁੰਡ ਦੋਹਾਂ ਦਾ ਹਾਂਜੀ 30,000 ਨੂੰ ਬੈਠ ਗਈ ਹਾਂਜੀ ਦੇਣੀ ਕਿੱਥੇ ਤੱਕ ਵੈਸੇ ਕੋਈ ਗੱਲ ਨਹੀਂ ਤੂੰ ਦੱਸ ਚਾਚਾ ਉਹ ਮੌਕਾ ਹੀ ਦੱਸੂਗਾ ਇਹਦਾ ਚਾਚੇ ਨੂੰ ਪੁੱਛਦਾਂਗੇ ਚਾਚਾ ਇੱਕੋ ਹੀ ਹਾਂ 55,000 ਰੁਪਏ ਦੀਆਂ ਦੇਵਾਂਗੇ ਠੀਕ ਆ ਹੋਈ ਨਾ ਗੱਲ ਵੀ 55 ਦੀਆਂ ਦੇਣੀਆਂ ਨੇ ਹਾਂ ਹਾਂ ਲੈ ਔਰ ਇੱਕ ਨਿੱਕੇ ਜੀ ਪੱਠ ਹੋਰ ਸੀ ਬੋਲਿਆ ਹਾਂ ਇਹਨਾਂ ਨੂੰ ਛੱਡ ਦੇ ਆ ਫੜ ਮੱਖੀ ਚੀਨੀ ਅੱਜ ਇਹਨਾਂ ਨੇ ਢੇਰ ਲਾਇਆ ਹੋਇਆ ਸੀਗਾ ਇੱਕ ਅੱਧਾ ਢੇਰ ਵੇਚਤਾ ਤੇ ਅੱਧਾ ਰਹਿ ਗਿਆ ਸੀਗਾ ਆ ਦਿਖਾਉਣਾ ਤੁਹਾਨੂੰ ਲੈ ਵੀ ਆ ਦੇਖ ਆ ਚੱਕ ਰੱਖੀ ਆ ਬਾਈ ਨੇ ਇਹਨੇ ਲੈਂਬਰ ਨੇ ਇਹ ਇਹਨਾਂ ਦੇ ਨਾਲ ਕਿਸੇ ਦੇ ਜਾਂ ਕੱਲੀ ਇਹ ਮੈਂ ਘਰੇ ਬੱਕਰੀ ਰਹਿ ਗਈ ਉਹ ਸਣ ਤੇ ਸਿੱਧ ਨਹੀਂ ਆ ਅੱਛਾ ਇਹਦੀ ਮਾਂ ਘਰੇ ਆ ਜੀ ਇਹਦੀ ਮਾਂ ਘਰੇ ਆ ਉਹ ਵੀ ਮੱਖੀ ਚੀਨੀ ਕਾਲੀ ਨਹੀਂ ਉਹ ਡੱਬੀ ਆ ਕਾਲੀ ਡੱਬੀ ਉਹ ਡੱਬੀ ਆ ਜੀ ਡੱਬੀ ਆ ਹਾਂ ਇਹਦਾ ਮੁੱਲ ਕੀ ਆ ਹਾਂ ਇਹਦਾ ਮੁੱਲ ਤਾਂ ਕਰਾਉਣ ਮੁੱਲ ਤਾਂ ਜਿੰਨਾ ਮਰਜ਼ੀ ਆ ਕਰਾ ਲਓ ਉਹ 11,000 ਰੁਪਏ ਜੀ ਠੀਕ ਹੈ ਜੇ 5,000 ਮੈਂ ਇੱਥੋਂ ਹੀ ਲੈ ਲਵਾਂ ਨਹੀਂ ਜੀ 5,000 ਦੀ ਨਹੀਂ ਤਾਂ ਫ੍ਰੀ ਲੈ ਜਾ ਤੂੰ ਹਾਂ ਤੇ ਤੇਰੀ ਖਾਤਰ ਕਾਪੀ ਦੀ ਆ ਹਾਂ ਅੱਛਾ ਹਾਂ ਚਲੋ ਮੇਰੀ ਖਾਤਰ ਕਾਪੀ ਮੈਂ ਲਾਤਾ 5,000 ਹਾਂ ਚਲ 5.5 ਦੀ ਦੇ ਦੋ ਨਹੀਂ ਕਾਪੀ ਦੀ ਆ ਤੇਰੀ ਖਾਤਰ ਬਸ ਬਸ ਲਿਖਾਟ ਸੋਹਣੀ ਆ ਹਾਂ ਲਿਖਾਈ ਤੂੰ ਆਪਦੀ ਆਪ ਕਰਾ ਲਈ ਹਾਂ ਤੇ ਕਾਪੀ ਕਹਾਂ ਜਾ ਕੇ ਰੱਖ ਮੜੇ ਲੈਣ ਫਿਰ 6 ਦੀ ਦੇ ਦੋ ਲਿਖਾਈ ਵੀ ਕਰਾ ਦਾਂਗੇ ਨਹੀਂ ਜੀ 6 ਦੀ ਨਹੀਂ ਹੁੰਦੀ ਤਾਂ ਕਾਪੀ ਦੀ ਹੋਊ 6 ਦੀ ਲਿਆਣੀ ਆ ਹੋਰ ਦੇ ਦਿੰਦੇ ਆ ਨਹੀਂ 5.5 ਦੂਜੀ ਦੇ ਦਿੰਦੇ ਫੜ ਕੇ ਲਿਆ ਉਹ ਨਹੀਂ ਲੈਣੀ ਮੈਂ ਹਾਂ ਆਏ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਮੈਨੂੰ 5.5 ਦੀ ਦੇਣ ਨੂੰ ਕਹਿੰਦੇ ਖੋਲ ਕੇ ਪੈ ਹਾਂ ਦਿਲ ਜਾ ਖੋਲ ਕੇ ਲਾਏ ਨੇਗੇ ਖੋਲ ਕੇ ਹੀ ਲਾ ਦਿਲ ਖੋਲ ਕੇ ਲੈ ਵੀ ਜੇ ਦਿਲ ਖੋਲ ਕੇ ਲੱਗੇ ਹੁੰਦੇ ਆਪਾਂ ਤੁਹਾਨੂੰ ਦੇ ਦੇ ਦਾਂਦੇ ਨਾ ਚਲੋ ਫਿਰ ਚੱਲ ਦਾਂਗੇ ਦੇ ਦੇ ਦੇਾਂਗੇ ਤਾਂ ਦੇਖ ਲੈ ਜੀ ਫ੍ਰੀ ਲਈ ਨਹੀਂ ਮੈਂ ਫ੍ਰੀ ਨਹੀਂ ਹਾਂ ਫ੍ਰੀ ਲੈ ਜੀ ਲੈ ਜਾ ਕਿਹੜੀ ਮਰਜ਼ੀ ਲੈ ਜਾ ਫ੍ਰੀ ਲੈ ਜਾ ਹਾਂ ਬੜੇ ਤੱਤੇ ਬੰਦੇ ਨੇ ਯਾਰ ਆ ਜਾ ਤੇ ਇਧਰ ਬੂੰਦ ਖਾਏ ਇਹ ਬੰਦਾ ਪਹਿਲਾਂ ਪਹਿਲਾਂ ਮੇਰੇ ਨਾਲ ਲੜਦਾ ਰਿਹਾ ਵੀ ਮੈਂ ਤੇ ਤੋਂ ਵੀਡੀਓ ਨਹੀਂ ਬਣਵਾਉਣੀ ਹੈਗੀ ਹੁਣ ਚੱਲ ਇਹਨੂੰ ਪਤਾ ਲੱਗ ਗਿਆ ਵੀ ਬੰਦਾ ਸਿਆਣਾਗਾ ਹੁਣ ਤਾਂ ਹੀ ਵੀਡੀਓ ਬਣਵਾ ਲਾਂਦਾ ਮੈਂ ਮਾੜਾ ਤਾਂ ਨਹੀਂ ਕਰਿਆ ਤੇਰਾ ਨਹੀਂ ਕੋਈ ਮਾੜਾ ਨਹੀਂ ਹਾਂ ਕਿਤੇ ਤਿੰਨ ਦਿੱਤੀਆਂ 1,65,000 ਦੀ ਉਹਦੇ ਵੀਡੀਓ ਤੂੰ ਕਹਿੰਦਾ ਹੀ ਬਣਾ ਲਓ ਉਹਦੇ ਮੈਂ ਤੈਨੂੰ ਜਵਾਬ ਦਿੱਤਾ ਠੀਕ ਹੈ ਦੇਵ ਠੀਕ ਨਾ ਹਾਂ ਦੇਵ ਨੇ ਲੈਤਾ ਮੈਂ ਵੀਡੀਓ ਬਣਵਾਉਣੀ ਹੈ ਠੀਕ ਹੈ ਉਹਦੇ ਕਿਹਾ ਜੀ ਤਾਂ ਲੈ ਵੀਰੋ ਬੋਕ ਦੇਖੋ
बोक दिखाने सोनू क्वालिटी पूरी है जी, उम्र भी थोड़ी है, कद बहुत है। की हाल है वीरे? ठीक है जी। केड़ा पिंड है भाई? दुल्ले वाले वीरे। इधर काटा मटा जानू नराला बकरे लै गई। किन्नी एज का बच्चा हो गया है? एज का उम्र तो जी, एज उम्र आहो उम्र ही 2.5 साल का बच्चा हो गया। 2.5 साल का तिकर बस। दंद किन्ने हो गया? दंद 6 हो गए। 6 दंद है? ठीक है, 6 लाए ने। हां ठीक है। वजन पता हूँ भाई किन्ना का? वजन अभी भी तो 2-3 महीने पहला जोखा सीगा और 95 किलो वजन। 95 किलो? हाँ जी। ठीक है, हूँ तो फिर क्वांटल तो बाहर कह सकते? आप कह नहीं सकते जोखने जो दोबारा। ठीक है, कद फिर? कद जी 43 आप 42 दस दें। 42 दस? हाँ जी। ठीक है, मुल की कर दूँ भाई? मुल है जी आप 70,000 रुपये का। 70,000 का रहेगा? हाँ जी। ठीक है, मुल लग रहा? हाँ जी। देना कितने तक? दे देंगे जी, इतना आइडिया लग गया। बकरा खिंच खिंच लिया जान बड़ी है ना। लै भी और तोर के लेके जा भाई, और ਲੈ ਬੇੜਾ ਚੱਲ ਬਹੁਤ ਵੱਡਾ ਯਾਰ ਹੈ ਨਾ, ਇੱਕ ਮਿੰਟ ਇੱਕ ਮਿੰਟ, ਆਹ ਦੇਖੋ ਆਹ ਚੀਜ਼ ਬਹੁਤ ਵੱਡੀ ਹੈਗੀ, ਉੱਥੇ ਤੱਕ ਲੈ ਕੇ ਜਾ ਬਈ ਤੋਰ ਕੇ। ਆ ਜਾਓ, ਤੁਹਾਨੂੰ ਸਾਰਾ ਬੱਕਰਾ ਦਿਖਾਉਣਾਗੇ। ਲੈ ਲੈਂਥ ਬਹੁਤ ਹੈਗੀ। ਰਿਜ਼ਲਟ ਕਿਸ ਤਰ੍ਹਾਂ ਦਾ? ਬੱਚੇ ਕਿਵੇਂ ਪਾਉਂਦਾ? ਰਿਜ਼ਲਟ ਵੀ ਬਹੁਤ ਚੰਗਾ ਰਿਜ਼ਲਟ। ਕਿੰਨਾ ਗਾ ਬੱਚੇ ਸਾਡੇ ਕੋਲ? ਬਹੁਤ ਅਕਰੇ, ਮੇਰੇ ਕੋਲ 40 ਡੱਬੇ ਹੁੰਦੇ ਆ। ਹਾਂਜੀ ਡੱਬੇ, ਕਾਲੇ ਵੀ ਛੂ ਜਾਂਦਾ, ਕਈ ਡੱਬਾ ਵੀ ਛੂੰਦਾ ਗਾ, ਤੇ ਕਾਲਾ ਡੱਬਾ ਤੇ ਬਸ ਇਕੱਲਾ ਕਾਲਾ ਵੀ ਸੁਣਦਾ, ਦੋ ਰੰਗ ਸੁਣਦਾ। ਠੀਕ ਹੈ, ਲੈ ਬਈ ਬੰਦੇ ਕੇ ਨਾ, ਤੇ ਬੱਕਰੀਆਂ ਵੀ ਆਪਣੇ ਕੋਲ ਹੈਗਾ 40-45 ਘਰੇ ਰੱਖਾਂਗੇ। ਠੀਕ ਹੈ, ਬੱਕਰੀਆਂ ਵੀ 40-45 ਹੈਗੀਆਂ। ਦੁੱਲੋ ਪਿੰਡ? ਦੁੱਲੇ ਵਾਲ ਜੀ, ਦੁੱਲੇ ਵਾਲ ਭਾਈ ਰੁਪਏ ਕੋਲ, ਫੁੱਲੇ ਵਾਲੇ ਕੋਲ। ਠੀਕ ਹੈ ਜੀ, ਆ ਜਾਂਦਾ ਵੱਖਰਾ। ਲਿਓ ਬਾਈ, ਬਾਈ ਕਾਲਾ ਖੜਾ ਮਹਿਰਾਜ ਵਾਲਾ। ਅੱਜ ਆਪਾਂ ਤੁਹਾਨੂੰ ਬੱਚੇ ਦਿਖਾ ਰਹੇ ਹਾਂ, ਜ਼ਿਆਦਾਤਰ ਵੀ ਸੋਹਣੇ ਸੁਨੱਖੇ ਆ ਬੱਚੇ 'ਤੇ ਮਾਰ ਕੈਮਰਾ ਬਾਈ। ਨਾਲੇ ਫਿਰ ਆਪਾਂ ਲੈਂਦੇ ਹਾਂ ਕਾਲੇ ਬਾਈ ਤੋਂ ਡਿਟੇਲ, ਇਹਨਾਂ ਦੇ ਘਰ ਦੇ ਬੱਚੇ ਨੇ, ਬੱਚਾ ਬੜਾ ਆਪਾਂ ਨੂੰ ਸੋਹਣਾ ਲੱਗਿਆ। ਪੱਠ ਹੈ ਜੀ? ਪੱਠੀ ਹੈ? ਪੱਠਾ ਜੀ, ਪੱਠ। ਹੋਰ ਕੀ ਹਾਲ ਚਾਲ ਆ ਬਾਈ? ਠੀਕ ਹੈ ਬਾਈ ਜੀ, ਵਧੀਆ ਵਧੀਆ। ਹੋਰ ਕਿੰਨੇ ਮਹੀਨੇ ਦੀ ਪੱਠਾ ਕਾਲੀ? ਇਹ ਬਾਈ ਜੀ ਆਪਣੇ 5.5 ਮਹੀਨਿਆਂ ਦੀ ਹੈ। 5.5 ਮਹੀਨਿਆਂ ਦੀ? ਵੇਚਣ ਦੇ ਲਈ ਲਿਆਂਦੀ ਆ? ਹਾਂਜੀ ਹਾਂਜੀ, ਵੇਚਣ ਦੇ ਲਈ। ਠੀਕ ਹੈ ਯਾਰ, ਪੈਰ ਵੀ ਬੋਕ ਵਰਗੇ ਨੇ ਨਾ। ਹਾਂ ਹਾਂ, ਬਹੁਤ ਦੂਰੀ ਹੱਡੀ ਦੀ ਹੈ ਜੀ। ਦੂਰੀ ਹੱਡੀ ਦੀ ਹੈ, ਸਹੀ ਗੱਲ ਆ। ਕੋਈ ਥਣਾਂ ਦੀ ਤਾਂ ਨਹੀਂ? ਵੱਧ ਘੱਟ ਹੈਗੀ? ਨਾ ਨਾ, ਥਣਾਂ ਦੀ ਓਕੇ ਹੈ। ਠੀਕ ਹੈ, ਵੱਧ ਘੱਟ ਤਾਂ ਨਹੀਂ? ਕਿ ਥਣ ਦੋ ਹੀ ਨੇ? ਦੋ ਹੀ ਆ। ਠੀਕ ਹੈ, ਲੈ ਵੀ ਦੋ ਹੀ ਥਣ ਨੇਗੇ। 5 ਫੇਸ ਬੜਾ ਘੈਂਟ ਹੈਗਾ, ਬਹੁਤ ਸੋਹਣੀ ਹੈ ਜੀ। ਲੈ ਛੱਡ ਦਿਓ, ਚੱਲ ਛੱਡ ਦਿਓ। ਕੀ ਮੁੱਲ ਕਰਿਆ ਬਾਈ ਇਹਦਾ? ਇਹਦਾ ਮੁੱਲ ਜੀ 15,000 ਰੁਪਇਆ ਕਰਿਆ। 15,000 ਰੁਪਇਆ ਲਾਇਆ ਉਹ ਕਿਸੇ ਨੇ? ਲਾਈ ਜਾਂਦੇ ਜੀ। ਠੀਕ ਹੈ, ਲੈ ਵੀ ਦੇਖ ਲਓ ਕਿਹੜਾ। 15,000 ਮੁੱਲ ਕਰਿਆ ਇਹਨਾਂ ਦੀ, ਕਹਿ ਰੱਖਿਆ ਉਹਨਾਂ ਨੂੰ ਤੇ ਬਸ ਉਹ ਲਾਈ ਜਾਂਦੇ ਆ ਕੰਮ। ਚਲੋ ਜਿਵੇਂ ਕੋਈ ਜਿਹਦਾ ਨਜ਼ਾਰਾ ਹੋਊਗਾ। ਇਹ ਵੀ ਮੰਡੀ ਦੀ ਪੂਰੀ ਸੋਹਣੀ ਪੱਠ ਹੈਗੀ ਬਾਈ, ਲਾਲ ਰੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂਗੇ। ਆਹ ਦੇਖ ਲਓ ਤੁਸੀਂ, ਬਾਕੀ ਸੋਹਣੀਆਂ ਚੀਜ਼ਾਂ ਦੇ ਲਈ ਕਾਲੇ ਹੋਈ ਬਾਈ ਜਾਣੇ ਜਾਂਦੇ ਨੇਗੇ ਆਪਣੇ ਜੀ। ਆਹ ਦੇਖੋ ਆਪਣੀਆਂ ਘਰ ਦੀਆਂ ਬੱਕਰੀਆਂ। ਠੀਕ ਹੈ, ਘਰ ਦੇ ਅਸਲੇ ਚੀਆਂ ਲੈ ਨਿਬੜਨ ਵਾਲੀ ਸੌਦਾ ਇਹਦਾ ਤਾਂ? ਹਾਂ ਬਸ ਨਾ ਜੀ, ਚਲੋ ਅੰਨ ਜਲਦੀ ਖੇਡ ਆਊ, ਵੈਸੇ ਲਾਈ ਜਾਂਦੇ ਮੁੱਲ ਆਪਾਂ ਨੂੰ। ਠੀਕ ਆ, ਹਾਂ ਤੇ ਜੋ ਅੰਨ ਜਲਾ ਜੇ ਤਾਂ ਜਾਣਾ ਹੋਇਆ ਤਾਂ ਠੀਕ ਹੈ, ਨਹੀਂ ਕੋਈ ਗੱਲ ਨਹੀਂ, ਆਪਾਂ ਡਿੱਗ ਕੇ ਨਹੀਂ ਦਿੰਦੇ। ਠੀਕ ਹੈ, ਹਾਂ ਉਹੀ ਗੱਲ ਹੈ, ਸੋਹਣੀ ਚੀਜ਼ ਦਾ ਤਾਂ ਆਪਾਂ ਨੂੰ ਸੋਹਣੀ ਮਿਲਦਾ ਹੁੰਦਾ। ਕਿਹੜੀ ਕਿਸ ਤਰ੍ਹਾਂ ਦਾ ਗੱਲਬਾਤ ਅੱਜ ਬਾਈ ਮੰਡੀ 'ਚ? ਮੰਡੀ 'ਚ ਖਰੀਦਦਾਰੀ ਵਗੈਰਾ ਹੈਗੀ ਹੈ? ਹਾਂ ਖਰੀਦਦਾਰੀ ਹੈਗੀ ਅੱਜ, ਵੀ ਚਲੋ 1-2 ਘਰ ਨਹੀਂ ਆਏ ਉਹਦਾ ਕਰਕੇ ਥੋੜ੍ਹਾ ਜਿਹਾ ਹੋਇਆ। ਨਜ਼ੀਰ ਬਾਈ ਨਹੀਂ ਆਇਆ, ਉਹਦਾ ਬੱਕਰੀਆਂ ਬਹੁਤ ਲੈ ਲੈਂਦੇ ਆ। ਸਹੀ ਗੱਲ, ਅਤੇ ਵੈਸੇ ਵਧੀਆ ਅੱਜ ਰਹੀ ਹੈ ਮੰਡੀ, ਅਸੀਂ ਵੀ ਲਈਆਂ ਬੱਕਰੀਆਂ ਇੱਥੋਂ। ਠੀਕ ਹੈ ਬਾਈ ਕਾਲੇ, ਧੰਨਵਾਦ। ਸਸਤੀਆਂ ਬੱਕਰੀਆਂ ਵਾਲਿਆਂ ਕੋਲੇ ਪਹੁੰਚੇ ਹੋਏ ਅੱਜ ਆਪਾਂ, ਅੱਜ ਇਹਨਾਂ ਕੋਲੇ ਹੈਗੀਆਂ ਨੇ ਮਹਿੰਗਾ, ਅੱਜ ਸਸਤੀਆਂ ਨੇਗੀਆਂ। ਲੈ ਵੀ ਲੈਣੋ ਵਾਰ ਖੜਾ, ਗੱਲਾਂ ਬਾਤਾਂ ਮਾਰ ਦਿਆਂਗੇ ਇਹਨਾਂ ਦੇ ਨਾਲ ਲੈਣਾ ਚ ਖੜਾ ਕੇ। ਹਾਂ ਬਾਈ ਚਰਨੇ, ਕੀ ਹਾਲ ਆ? ਠੀਕ ਠਾਕ ਜੀ ਬਾਈ ਜੀ। ਹਾਂ ਮੱਖੀ ਚੀਨੀ ਜੀ? ਹਾਂ ਜੀ, ਇਹ ਡੱਬੀ ਮੱਖੀ ਚੀਨੀ ਆ ਵੀਰੇ। ਕਿੰਨੇ ਮੁੱਲ ਦੀ ਆ ਇਹ? 3 ਸੂਏ ਸੂਗੀ ਬਾਈ ਜੀ, ਮੁੱਲ ਹੈਗਾ ਇਹਦਾ 28,000 ਰੁਪਈਆ। 28,000 ਮੁੱਲ? 28,000 ਆ ਜੀ ਗੱਬਣਾ ਵੀਰੇ, 15-20 ਦਿਨ ਹੀ ਕੱਢਦੀ ਆ ਸੂਣ ਦੇ ਵਿੱਚ, ਬੱਕਰੀ ਸਾਫ਼ ਆ ਜੀ ਬਾਈ ਜੀ ਬਿਲਕੁਲ। ਦੇਣੀ ਕਿੱਥੇ ਤੱਕ ਬਾਈ? ਦੇਵਾਂਗੇ 25,000 ਦੀ ਜੀ। 25,000 ਦੀ? ਹਾਂ ਜੀ ਹਾਂ ਜੀ, ਮੁੱਲ 28,000 ਆ, ਦੇਵਾਂਗੇ 25,000 ਦੀ ਬਾਈ। ਉਹਦਾ ਇਹਦਾ ਮੁੱਲ ਹੈਗਾ ਬਾਈ ਜੀ 32,000 ਰੁਪਈਆ। ਇਹਦਾ 32,000? ਹਾਂਜੀ। ਸੂਣ ਦੇ ਕਿੰਨੇ ਟਾਈਮ ਦਿਨ ਰਹਿੰਦੇ ਨੇ? ਇਹ ਵੀਰੇ ਕੱਢ ਜੂਗੀ ਮਹੀਨਾ ਬੱਕਰੀ। ਮਹੀਨਾ? ਇਹ ਪੂਰੀ ਵੱਡੀ ਬੱਕਰੀ ਆ ਬਾਈ। ਦੰਦ ਕਿੰਨੇ ਨੇ ਇਹਦੇ? ਇਹ ਦੰਦ ਪੂਰੇ ਆ ਜੀ 8। ਦੰਦ 8? ਇਹ ਚੌਥੇ ਸੂਏ ਆ ਬਾਈ, ਉਹਨੇ 3 ਸੂਏ ਸੂਣਾ, ਇਹ ਚੌਥੇ ਆ ਬਾਈ ਜੀ। ਚੌਥੇ ਸੂਏ? ਹਾਂਜੀ। ਇਹ 32,000 ਦੀ? ਹਾਂਜੀ ਹਾਂਜੀ। 32,000 ਇਹਦਾ ਬੜਾ ਜ਼ਿਆਦਾ ਇਹ ਆ ਉਹਦੇ ਨਾਲ? ਬੜਾ ਨਹੀਂ ਬਾਈ ਜੀ, ਬੱਕਰੀ ਪਿਓਰ ਹੀ ਕੁਆਲਿਟੀ 'ਚ ਆ ਗਈ, ਵਧੀਆ ਬੱਕਰੀ ਹੈਗੀ। ਇਹਦੇ ਨਾਲ ਵਧੀਆ ਕੁਆਲਿਟੀ 'ਚ ਆ ਗਈ ਇਹ ਮੱਖੀ ਜੀ? ਨਹੀਂ ਜੀ ਨਹੀਂ, ਵਧੀਆ ਬੱਕਰੀ ਉਹ ਵੀ ਕੁਆਲਿਟੀ 'ਚ ਆ, ਉਹਦਾ ਥੋੜ੍ਹਾ ਜਿਹਾ ਕੱਦ ਦਰਮਿਆਨਾ, ਇਹਦਾ ਥੋੜ੍ਹਾ ਜਿਹਾ ਕੱਦ ਰੰਗ ਦਾ ਫਰਕ। ਰੰਗ ਦਾ ਫਰਕ? ਹਾਂਜੀ ਰੰਗ ਦਾ ਹੀ ਫਰਕ ਆ। ਲੈ ਬੱਕਰੀ ਸੁਨੱਖੀ ਆ ਨਾ? ਹਾਂਜੀ ਪੂਰੀ ਸੁਨੱਖੀ ਆ। ਲੈ ਇਹ ਪਾਠਾ ਬਾਈ 6 ਦੰਦ ਹੈ ਜੀ ਆਪਣੇ ਕੋਲੇ। ਅੱਛਾ। ਹਾਂਜੀ ਹਾਂ।
ਇਹਦੀ ਕੀ ਕੀਮਤ ਹੈ? ਇਹਦਾ 35,000 ਰੁਪਇਆ ਬਾਈ। ਇਹਦਾ 35 ਗੱਬਣ ਤਾਂ ਨਹੀਂ ਹੈਗੀ? ਇਹ ਗੱਬਣ ਨਹੀਂ ਹੈਗੀ ਬਾਈ ਜੀ, ਹੁਣ ਦੀ ਗੱਬ ਆ ਥੋੜੇ ਦਿਨਾਂ ਦੀ। ਹਾਂਜੀ ਹਾਂ, ਇਹਦੀ ਆਪਾਂ ਗਰੰਟੀ ਕੋਈ ਨਹੀਂ ਦੇਣੀ ਵੀਰੇ, ਇਹਦੀ ਕੋਈ ਗਰੰਟੀ ਨਹੀਂ। ਹਾਂਜੀ ਹਾਂ, ਅੱਜ ਮੰਡੀ ਤੇ ਪਹੁੰਚੋਗੇ ਲਹਿਰਾ ਬੇਗਾ ਵਾਲੇ? ਹਾਂਜੀ ਹਾਂਜੀ ਬਾਈ ਜੀ। ਕਿਵੇਂ ਲੱਗਿਆ ਕਿ ਪ੍ਰਬੰਧ, ਪਾਣੀ, ਚਾਹ, ਰੋਟੀ, ਟੁੱਕ? ਬਾਈ ਜੀ ਪ੍ਰਬੰਧ ਸਾਰੇ ਬਹੁਤ ਵਧੀਆ ਨੇ ਜੀ ਇਹ ਮੰਡੀ ਦੇ। ਚਲੋ ਜਿੰਨਾ ਕੁ ਜੋਗਾ ਅਗਲਾ ਹੁੰਦਾ, ਹਰੇਕ ਬੰਦਾ ਹੀ ਜ਼ੋਰ ਮਾਰਦਾ ਬਾਈ ਜੀ। ਸਹੀ ਗੱਲ, ਚਾਹੇ ਅਗਲਾ ਪਾਣੀ ਪਿਆ ਕੇ ਵੀ ਤੋਰਦੇ ਪਰ ਉਹਨੂੰ ਮਾੜਾ ਨਾ ਕਹੋ, ਜਿਹਨੇ ਪਾਣੀ ਵੀ ਪਿਆ ਤਾਂ ਉਹਦਾ ਵੀ ਸਤਿਕਾਰ ਕਰੋ ਬਾਈ ਜੀ। ਬਾਕੀ ਉਰੇ ਜਿੰਨੇ ਪ੍ਰਬੰਧ ਨੇ ਬਾਈ ਜੀ, ਰਹਿਣ ਵਾਸਤੇ ਤੰਬੂ ਨੇ ਗੇ, ਕੋਈ ਗਰਮੀ ਨਹੀਂ, ਬੱਕਰੀਆਂ ਵਾਸਤੇ ਪਾਣੀ ਵਾਧੂ ਆ ਬਾਈ ਜੀ, ਖਾਣ ਪੀਣ ਦੇ ਜਾਣੀ ਕਿ ਰੋਟੀ, ਚਾਹ, ਸਵੇਰ ਤੋਰੇ 9 ਵਜੇ ਤੋਂ ਲੰਗਰ ਤਿਆਰ ਆ ਜੀ। ਠੀਕ ਹੈ, 4 ਵਜੇ ਤੱਕ ਤਾਂ ਮੁੱਕਦਾ ਹੀ ਮੁੱਕਦਾ ਨਹੀਂ ਜੀ, ਚਾਹ ਤਾਂ ਸ਼ਾਮ ਤੱਕ ਹੀ ਚੱਲਦੀ ਆ ਬਾਈ ਜੀ, 6 ਵਜੇ ਤੱਕ। ਠੀਕ ਹੈ, ਹਾਂਜੀ, ਕਹਿਣ ਤੋਂ ਭਾਵ ਵਧੀਆ, ਬਹੁਤ ਵਧੀਆ ਪ੍ਰਬੰਧ ਨੇ। ਜਾਨਵਰ ਵੇਚੇ ਨੇ ਜੁਰੇ? ਹਾਂ ਬਾਈ ਜੀ, ਜਾਨਵਰ ਵੇਚਦੇ ਜੀ। ਠੀਕ ਹੈ, ਜਾਨਵਰ ਤਾਂ ਬਾਈ ਜੀ ਦੱਸਿਆ ਚੱਕਰ ਕੀ ਆ, ਆਪਾਂ ਨੇ ਬੱਕਰੀਆਂ ਵਿੱਚ ਹੋਲੇ ਪਾ ਦੀਆਂ ਸੀ, ਉਹ ਤਕਰੀਬਨ ਜ਼ਿਆਦਾ ਵਿਕੀਆਂ ਨੇਗੀਆਂ। ਇਹ ਸਾਡੇ ਕੋਲ 8 ਬੱਕਰੀਆਂ ਸੀ ਬਾਈ ਜੀ, ਸਾਡੇ ਕੋਲ ਰਹਿ ਗਈਆਂ 3 ਬੱਕਰੀਆਂ, 5 ਬੱਕਰੀਆਂ ਨਾ ਜੋ ਵਿਕ ਚੁੱਕੀਆਂ ਨੇ ਜੀ। ਠੀਕ ਹੈ, ਹਾਂਜੀ ਹਾਂ, 5 ਬੱਕਰੀਆਂ ਵਿਕ ਚੁੱਕੀਆਂ। ਹਾਂਜੀ ਹਾਂ, ਇਹਨਾਂ 'ਤੇ ਮੁੱਲ ਤਾਂ ਲੱਗੇ ਹੋਊ? ਹਾਂਜੀ ਹਾਂਜੀ, ਮੁੱਲ ਇਹਨਾਂ 'ਤੇ ਲੱਗੀ ਜਾਂਦਾ ਬਾਈ ਜੀ। ਹਾਂਜੀ ਹਾਂ, ਮੁੱਲ ਵਧੀਆ ਲੱਗੀ ਜਾਂਦਾ ਆ। ਚਲੋ ਜਿਹਦੇ ਕਰਮਾਂ 'ਚ ਹੋਈਆਂ ਲੈ ਜੂਗਾ ਬਾਈ ਕੋਈ ਨਾ ਕੋਈ। ਠੀਕ ਹੈ, ਹਾਂਜੀ, ਜਿਹੜੀ ਦਾ ਲਿਖਾ, ਹਾਂਜੀ ਹਾਂ, ਜਿਹੜੀ ਦਾ ਅੰਜਲ ਚੱਕਿਆ ਗਿਆ, ਜਿਹਦਾ ਦਾਣਾ ਪਾਣੀ ਉਹ ਚੱਕਿਆ ਜਾਊਗਾ ਬਾਈ। ਠੀਕ ਹੈ, ਹਾਂਜੀ ਹਾਂ। ਕਿੰਨੀ ਕਪੈਸਿਟੀ ਰਹਿੰਦੀ ਚਾਰ ਨੇ ਫਿਰ ਹੁਣ ਮਾਲ ਵੇਚਣ ਦੀ? ਦੇਖੋ ਜੀ, ਜਿੱਦਾਂ ਜਿਵੇਂ ਸਰਦੀਆਂ ਦੇ ਦਿਨਾਂ 'ਚ ਕੋਈ ਗਿਰਾਵਟ ਤਾਂ ਨਹੀਂ ਹੁੰਦੀ, ਜਾਂ ਗਰਮੀਆਂ ਦੇ ਦਿਨਾਂ 'ਚ ਮਾਲ ਵੀ ਵੱਧ ਘੱਟ ਵਿਕਦਾ? ਜਿਹੜਾ ਸਾਡਾ ਮਾਲ ਆ ਨਾ ਬਾਈ ਜੀ, ਸਾਡਾ ਮਾਲ ਆ, ਜਿਵੇਂ ਸਾਡਾ ਭਾਅ ਵਧੀਆ ਆ, ਹਰੇਕ ਬੰਦਾ ਜਿਵੇਂ ਅਗਲਾ ਕਹਿੰਦਾ 50,000 ਦੀ ਬੱਕਰੀ ਆ, 40,000 ਦੀ ਆ, ਜਿਹਦੇ 'ਚ ਹੁਣ 40,000 ਦੀ ਗੁੰਜਾਇਸ਼ ਨਹੀਂ ਹੈਗੀ ਬਾਈ, ਉਹ ਕਈ ਬੰਦੇ ਇਹੋ ਜਿਹਾ ਲਾਹਾ ਸੋਚਦੇ ਨੇ ਵੀ ਆਪਾਂ 40,000 5,000 ਪਾ ਕੇ 3 ਲੈ ਲੈਂਦੇ ਹਾਂ ਬਾਈ, ਅਸਲ ਬੱਕਰੀ 15-16,000 ਦੀ ਰੇਂਜ ਦੇ 17 ਦੀ ਦੇ ਵਿੱਚ ਵਿਕਣ ਲੱਗ ਰਹੀ ਆ ਬਾਈ ਜੀ। ਠੀਕ ਹੈ ਜੀ, ਹਾਂਜੀ ਹਾਂ, ਚਲੋ। ਅਤੇ ਉਹ ਬੱਕਰੀਆਂ ਸਾਡੀਆਂ ਛੋਟੇ ਭਾਅ ਦੀਆਂ ਸੀ, 17-18,000 ਨੂੰ ਵੇਚੀਆਂ ਨੇ ਬਾਈ, 8 ਬੱਕਰੀਆਂ ਵੇਚਤੀਆਂ। ਠੀਕ ਹੈ, ਅਤੇ ਬਾਈ ਚਾਚੇ ਨੇ ਵੀ ਵਿਕਾਈਆਂ ਨੇ ਸਾਡੀਆਂ 4 ਬੱਕਰੀਆਂ। ਠੀਕ ਆ ਜੀ, 62,000 ਦੀਆਂ 15,500 ਨੂੰ ਵੇਚੀਆਂ ਨੇ ਜੀ। ਠੀਕ ਹੈ, ਬਾਕੀ ਇਹ ਵੀ ਚਲੋ ਵਧੀਆ ਜੀ, ਹੱਕ 'ਚ ਗੱਲ ਕਰਦਾ ਆ, ਤਾਂ ਕੋਈ ਮਾਰ ਵਜਾਰੀ ਵਾਲਾ ਕੰਮ ਨਹੀਂ ਹੁੰਦਾ ਜੀ ਅਗਲੇ ਨੂੰ। ਹਾਂਜੀ ਹਾਂ, ਵੀ ਨਹੀਂ ਕਈ ਬੰਦੇ ਹੁੰਦੇ ਨੇ ਜੀ, ਅਗਲਾ ਕਹਿੰਦਾ ਦਲਾਲ ਆ, ਦਲਾਲ ਦਲੂਲ ਨਹੀਂ ਹੈਗਾ ਜੀ, ਸਾਡੇ ਤੋਂ ਤਾਂ ਕਦੇ 2 ਰੁਪਈਏ ਲਏ ਨਹੀਂ ਵਿਚਾਰੇ ਨੇ। ਠੀਕ ਆ, ਜਿਨ੍ਹਾਂ ਤੋਂ ਲੈਂਦਾ ਹੋਊਗਾ ਆਪਾਂ ਕਹਿ ਨਹੀਂ ਸਕਦੇ, ਪਰ ਸਾਡੇ ਸਾਹਮਣੇ ਤਾਂ ਕਦੇ 2 ਰੁਪਈਏ ਲਏ ਨਹੀਂ ਜੀ ਕਿਸੇ ਤੋਂ, ਹਰੇਕ ਬੰਦਾ ਇਹਨੂੰ ਦਲਾਲ ਵੀ ਕਹਿੰਦਾ ਆ। ਠੀਕ ਆ ਜੀ ਗੱਲ, ਬਾਕੀ ਨਵਾਂ ਬੰਦਾ ਹਰੇਕ ਇਨਸਾਨ ਇਹਦੇ ਕੋਲ ਆ ਕੇ ਖੜਦਾ ਜੀ, ਕਿਉਂ ਖੜਦਾ ਜੀ, ਇਹਦਾ ਵਧੀਆ ਇਮਾਨਦਾਰੀ ਨਾਲ ਕੰਮ ਚੱਲਦਾ ਬਾਈ ਦਾ। ਹਾਂਜੀ ਹਾਂ, ਹਾਂਜੀ ਹਾਂ, ਹਾਂਜੀ ਬਿਲਕੁਲ ਜੀ, ਮਿਹਨਤ ਵੀ ਤਾਂ ਜ਼ੋਰ ਲੱਗਦਾ ਵੀਰੇ, ਸੌਦੇ ਕਰਾਉਣ ਲੱਗੇ ਵੀ। ਸਹੀ ਗੱਲ, ਹੈਂ, ਚਲੋ ਸਾਨੂੰ ਦੱਬ ਘੁੱਟ ਵੀ ਬਥੇਰੀ ਕਰਦਾ ਆ, ਇਹ ਨੀ ਕਹਿੰਦੇ, ਕਈ ਵਾਰੀ ਤਾਂ ਸਾਨੂੰ ਬੱਕਰੀ ਮਗਰ ਇਹ ਨੀ ਪਤਾ 2,000-1,500 ਰੁਪਇਆ ਤੋੜ ਵੀ ਜਾਂਦਾ ਜੀ, ਕਈ ਵਾਰੀ ਸਾਨੂੰ ਇਹ ਨੀ ਪਤਾ 500-700 ਬਣਾ ਵੀ ਜਾਂਦਾ ਜੀ। ਠੀਕ ਹੈ, ਬਾਕੀ ਦਾਬ ਸਾਡੇ ਤੇ ਵੱਧ ਪਾਉਂਦਾ ਇਹ, ਦਾਬ ਵੱਧ ਪਾਉਂਦਾ। ਹਾਂਜੀ ਹਾਂ ਬਾਈ ਜੀ, ਬਾਈ ਕਪੜਾ, ਚਲੋ ਬਾਈ, ਚਲੋ ਕੋਈ ਨਹੀਂ, ਇਹਨੂੰ ਭਰੋਸਾ ਤੇ ਮਾਨ ਆ ਜੀ ਆਪਣੇ ਤੇ, ਤਾਂ ਕਰਕੇ ਹੋ ਜਾਂਦੀ ਹੈ ਗੱਲ, ਕਿਉਂਕਿ ਯਾਰ ਹਾਂਜੀ ਹਾਂ, ਜਿੱਥੇ ਵੀ ਇਕੱਠੇ ਹੁੰਦੇ ਆ ਚਲੋ ਹੱਸ ਖੇਡ ਕੇ ਟਾਈਮ ਨਿਕਲ ਜਾਂਦਾ ਹੈ, ਸੌਦੇਬਾਜ਼ੀ ਹੋ ਜਾਂਦੇ ਨੇ। ਹੁਣ ਅੱਜ ਬੱਕਰੀ 21,000 ਦੀ ਲਈ ਸੀ, ਉਹ ਵੀ ਇਹਨੇ 15,500 ਚ ਪਾਤੀ, ਇਹਨੂੰ ਕੀ ਕਹਿੰਦੇ, ਇਹਨੇ ਆਪ ਹੀ ਖੁਦ ਦਵਾਈ ਹੋਈ ਸੀ ਜੀ ਸਾਨੂੰ। ਸਹੀ ਗੱਲ ਹੈ ਜੀ, ਇਹ ਤਾਂ ਹੈ, ਹਾਂਜੀ ਹਾਂ, ਚਲੋ ਦੂਜਿਆਂ ਸਾਨੂੰ 1,000-1,000 ਬਣ ਗਿਆ, ਫਿਰ ਵੀ ਘਾਟਾ, ਪਰ ਅਸੀਂ ਇਹਦੀ ਮੋੜ ਨਹੀਂ ਸਕਦੇ ਜੀ। ਸਹੀ ਗੱਲ, ਠੀਕ ਹੈ ਜੀ ਗੱਲ, ਹਾਂਜੀ ਚਲੋ ਬਾਈ, ਮਿਲਦੇ ਹਾਂਗੇ ਫਿਰ। ਅੱਜ ਦੀ ਲਹਿਰਾ ਬੇਗਾ ਦੀ ਮੰਡੀ ਤੋਂ ਆਪਾਂ ਜਾਂਦੇ ਹਾਂ ਘਰਾਂ ਨੂੰ, ਕਿਉਂਕਿ ਜਾਣ ਦਾ ਸਮਾਂ ਹੋ ਚੁੱਕਿਆ। ਚਾਚਾ ਸਤਿ ਸ਼੍ਰੀ ਅਕਾਲ, ਚਰਨੇ ਬਾਈ ਸੋਨੂੰ ਵੀ ਸਤਿ ਸ਼੍ਰੀ ਅਕਾਲ, ਸੋਨੂੰ ਵੀ ਬਾਈ ਜੀ ਸਤਿ ਸ਼੍ਰੀ ਅਕਾਲ, ਬਾਕੀ ਆ ਸਾਡੇ ਚਾਚਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੱਬ ਘੁੱਟਦਾ ਸਾਡੇ ਤੇ ਬਹੁਤ ਕਰਦਾ ਇਹ, ਪਰ ਸਾਨੂੰ ਇਹਦਾ ਮੂੰਹ ਬੜਾ ਹੁੰਦਾ, ਹਾਂ, ਪਰ ਕੁੱਟਦਾ ਬਹੁਤ ਆ ਜੀ ਸਾਨੂੰ। ਚਲੋ ਬੱਚੇ ਆ ਤੇ ਕੁੱਟ ਲੈਣ ਦੋ ਜੀ, ਕੋਈ ਗੱਲ ਨਹੀਂ, ਚੰਗਾ ਬਾਈ, ਧੰਨਵਾਦ ਜੀ ਬਾਈ।